ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਸਿਆਸੀ ਜਿਹੜੇ ਉਹ ਵੀ ਪਹੁੰਚੇ ਹਨ, ਅਤੇ ਨਿਹੰਗ ਸਿੰਘ ਜਥੇਬੰਦੀ ਦੇ ਸਿੰਘ ਵੀ, ਬਾਬਾ ਦਇਆ ਸਿੰਘ ਜੀ ਉਹ ਪਹੁੰਚੇ ਹਨ। ਅਸੀਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਮੋਰਚਾ ਜਾਰੀ ਹੈ, ਜਦੋਂ ਤੱਕ ਇਹ ਬੁੱਤ ਹਟਾ ਨਹੀਂ ਦਿੰਦੇ ਅਤੇ ਸਿੰਘਾਂ ਉੱਪਰ ਹੋਇਆ ਪਰਚਾ ਰੱਦ ਨਹੀਂ ਕਰ ਦਿੰਦੇ। ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਵਹੀਕਲ ਲੈ ਕਰਕੇ, ਸੰਗਤਾਂ ਨੂੰ ਨਾਲ ਲੈ ਕਰਕੇ ਇਸ ਮੋਰਚੇ ਵਿੱਚ ਸ਼ਾਮਿਲ ਹੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸ਼ਾਮਿਲ ਹੋ ਕਰਕੇ ਆਪਾਂ ਮੋਰਚੇ ਦੀ ਜਿੱਤ ਪ੍ਰਾਪਤ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਿੰਘ ਹਿੰਮਤੇ ਜਥਾ ਇਹ ਪਹੁੰਚੇ ਹਨ, ਜੋ ਸਿਰਲਾ ਜਥੇਬੰਦੀ ਦੇ ਭਾਈ ਪਰਮਜੀਤ ਸਿੰਘ ਜੀ ਪਹੁੰਚੇ ਹਨ, ਲੋਕ ਇਨਸਾਫ ਪਾਰਟੀ ਦੇ ਜੋ ਜਗਜੋਤ ਸਿੰਘ ਜੀ ਉਹ ਆਪਣੀ ਪਾਰਟੀ ਸਮੇਤ ਇੱਥੇ ਪਹੁੰਚੇ ਹਨ। ਉਹਨਾਂ ਨੇ ਵਿਸ਼ਵਾਸ ਦਵਾਇਆ ਹੈ ਕਿ ਜਦੋਂ ਵੀ ਤੁਸੀਂ ਸਾਨੂੰ ਯਾਦ ਕਰੋਗੇ ਅਸੀਂ ਤੁਰੰਤ ਇਸ ਮੋਰਚੇ 'ਚ ਪਹੁੰਚਿਆ ਕਰਾਂਗੇ। ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਅੱਜ ਤੱਕ ਪਹੁੰਚੀਆਂ ਹਨ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ, ਕਿਉਂਕਿ ਬਹੁਤ ਪਿਆਰ ਵਾਲੀਆਂ ਰੂਹਾਂ ਨਿਹੰਗ ਸਿੰਘ ਫੌਜਾਂ ਇੱਥੇ ਪਹੁੰਚੀਆਂ ਹਨ। ਉਹਨਾਂ ਦਾ ਅਸੀਂ ਦੁਬਾਰਾ ਧੰਨਵਾਦ ਕਰਦੇ ਹਾਂ ਕਿ ਉਹ ਸਾਰੀਆਂ ਫੌਜਾਂ ਮੋਰਚੇ 'ਚ ਸ਼ਾਮਿਲ ਹੋਣ ਵਾਸਤੇ ਆਈਆਂ ਹਨ। ਅਤੇ ਹੁਣ ਵੀ ਸੰਗਤਾਂ ਨੂੰ ਇਹੋ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।